ਪੈਰ ਨੂੰ ਇੱਕ ਵੀਡੀਓ ਮਸੂਲ ਹੋਈ ਸੀ ਜਿਹਦੇ ਵਿੱਚ SHO ਸਿਟੀ ਫਗਵਾੜਾ ਇੱਕ ਸਬਜ਼ੀ ਦੀ ਰੇੜੀ ਵਾਲੇ ਦੀ ਰੇੜੀ ਤੇ ਲੱਤ ਮਾਰ ਕੇ ਉਸ ਨੂੰ ਗਿਰਾ ਰਹੇ ਸੀ। ਅਸੀਂ ਉਹਨੂੰ ਵੈਰੀਫਾਈ ਕਰਕੇ ਪ੍ਰੀਲੀਮੀਨਰੀ ਇਨਕੁਆਇਰੀ ਕਰਕੇ ਪਤਾ ਲੱਗਿਆ ਕਿ ਉਹ ਇੰਸੀਡੈਂਟ ਫਗਵਾੜੇ ਵਿੱਚ ਅੱਜ 12 ਵਜੇ ਦੇ ਅਰਾਊਂਡ ਹੋਇਆ ਸੀ। ਮਾਮਲੇ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ SHO ਸਿਟੀ ਨੂੰ ਇਮੀਡੀਏਟਲੀ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਦੇ ਖਿਲਾਫ ਵਿਭਾਗੀ ਪੜਤਾਲ ਅਸੀਂ ਸ਼ੁਰੂ ਕਰ ਦਿੱਤੀ ਹੈ। ਇਦਾਂ ਦੇ ਇੰਸੀਡੈਂਟਸ ਮੈਮ ਅੱਗੇ ਤੋਂ ਨਾ ਹੋਣ ਇਹਦਾ ਕੀ ਪ੍ਰੋਗਰਾਮ ਚੈੱਕ ਆਊਟ ਕੀਤਾ ਗਿਆ ਹੈ? ਸਾਨੂੰ ਜੀ DGP ਪੰਜਾਬ ਵੱਲੋਂ ਸਟ੍ਰਿਕਟ ਹਿਦਾਇਤਾਂ ਹੈ ਕਿ ਅਸੀਂ ਕਿਸੇ ਵੀ ਗਰੀਬ ਜਾਂ ਕਮਜ਼ੋਰ ਬੰਦੇ ਤੇ ਕੋਈ ਧੱਕਾ ਨਹੀਂ ਕਰਨਾ। ਸਾਡੇ ਹਜ਼ਾਰਾਂ ਦੀ ਤਾਦਾਦ ਵਿੱਚ ਚੰਗੇ ਅਫਸਰ ਪੁਲਿਸ ਵਿੱਚ ਚੰਗਾ ਕੰਮ ਕਰ ਰਹੇ ਹੈ ਤੇ 1 ਸਾਲ ਤੋਂ COVID-19 ਦੀ ਵਾਰ ਵਿੱਚ ਫਰੰਟ ਲਾਈਨ ਤੇ ਕੰਮ ਕਰ ਰਹੇ ਹੈ ਤੇ ਹੁਣ ਵੀ ਇਸ ਤਰ੍ਹਾਂ ਦੀ ਕੋਈ ਵਾਰਦਾਤ ਨਾ ਹੋਵੇ ਅਸੀਂ ਆਪਣੀ ਫੋਰਸ ਦੀ ਪ੍ਰੋਪਰ ਬਰੀਫਿੰਗ ਕਰਤੀ ਤੇ ਜਿਵੇਂ ਅਸੀਂ ਪਹਿਲੇ ਕੰਮ ਕਰਦੇ ਆਏ ਹਾਂ ਉਵੇਂ ਹੀ ਅਸੀਂ ਚੰਗਾ ਕੰਮ ਕਰਾਂਗੇ। ਮੈਂ ਬਹੁਤ ਸਾਰੇ ਦੁਕਾਨਦਾਰਾਂ ਦੀ ਇਹ ਸ਼ਿਕਾਇਤ ਹੈ ਕਿ ਮਤਲਬ ਬੇਸਿਕਲੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਹੜੀਆਂ ਦੁਕਾਨਾਂ ਖੋਲਣੀਆਂ ਔਰ ਕਿਹੜੀਆਂ ਬੰਦ ਹੋਣੀਆਂ। ਉਹ ਥੋੜੇ ਟੈਰਰਾਈਜ਼ਡ ਵੀ ਨੇ ਇਸ ਚੀਜ਼ ਨੂੰ ਲੈ ਕੇ, ਉਹਨਾਂ ਲਈ ਕੀ ਮੈਸੇਜ ਹੈ? ਦੇਖੋ ਸਰਕਾਰ ਦੀ ਹਦਾਇਤਾਂ ਬਿਲਕੁਲ ਕਲੀਅਰ ਹੈ, ਤੁਹਾਡੀ ਗੱਲ ਠੀਕ ਹੈ ਕਿ ਥੋੜੀ ਕਨਫਿਊਜ਼ਨ ਹੋ ਸਕਦੀ ਹੈ। ਉਹਦੇ ਲਈ ਅਸੀਂ ਰੋਜ਼ਾਨਾ ਦੀ ਅਨਾਊਂਸਮੈਂਟ ਬਾਜ਼ਾਰਾਂ ਵਿੱਚ ਕਰਾ ਰਹੇ ਹਾਂ।